ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਬੜੇ ਵਡਭਾਗੀ ਹੋ ਜਿਹੜੇ ਆਪਣੇ ਦੂਰਾਂ ਦੁਰਾਡਿਆਂ ਤੋਂ ਆ ਕੇ ਆਪਣਾ ਸਮਾਂ ਕੱਢ ਕੇ ਆ ਕੇ ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਘਰ ਪਰਿਵਾਰਾਂ ਵਿੱਚ ਤੁਹਾਡੀ ਚੜ੍ਹਦੀ ਕਲਾ ਇੱਜ਼ਤ ਪੱਤ ਮਾਣ ਬਖਸ਼ਣ, ਤੁਹਾਡੇ ਬੱਚੇ ਬੱਚੀਆਂ ਦੀ ਚੜ੍ਹਦੀ ਕਲਾ ਰੱਖਣ ਪਾਤਸ਼ਾਹ, ਮਾਤਾ ਪਿਤਾ ਦੀ ਆਗਿਆਕਾਰਤਾ ਵਾਲਾ ਜੀਵਨ ਪਾਤਸ਼ਾਹ ਬੱਚਿਆਂ ਨੂੰ ਬਖਸ਼ਿਸ਼ ਕਰਨ। ਇਹ ਸਿੱਖ ਐਕਸਪ੍ਰੈਸ ਨਿਊਜ਼ ਦੀ ਟੀਮ ਦਾ ਬੜਾ ਧੰਨਵਾਦ ਹੈ ਜਿਹਨਾਂ ਵੱਡਾ ਉਪਰਾਲਾ ਕਰਕੇ ਦੁਨੀਆਦਾਰੀ ਦੇ ਵਿੱਚ ਸਾਰਾ ਕਥਾ ਵਿਚਾਰ ਇਤਿਹਾਸ ਨੂੰ ਪਹੁੰਚਾਇਆ ਹੈ। ਜਿਹੜੀ ਆਪਾਂ ਲੜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਸ਼ੁਰੂ ਕੀਤੀ ਹੈ, ਇਹ ਕੱਲ ਦਾ ਪ੍ਰਸੰਗ ਜਿਹੜਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਥੜੇ ਬਣਵਾ ਕੇ ਇਹਨਾਂ ਦੀ ਪਰਖ ਕਰਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਨਾਰੀਅਲ 5 ਪੈਸੇ ਇਹਨਾਂ ਦੀ ਝੋਲੀ ਵਿੱਚ ਪਾ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਗੁਰਗੱਦੀ ਦੇ ਦਿੱਤੀ ਹੈ। ਸੰਗਤਾਂ ਨੇ ਬੜਾ ਜ਼ਿਆਦਾ ਮਾਣ ਸਨਮਾਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਕੀਤਾ ਹੈ, ਵੀ ਇਹਨਾਂ ਨੇ ਕੋਈ ਲਾਲਚ ਨਹੀਂ ਕੀਤਾ, ਆਪਣੇ ਪੁੱਤਰਾਂ ਨੂੰ ਅੱਗੇ ਨਹੀਂ ਲਿਆਂਦਾ ਤੇ ਆਪਣੇ ਸਿੱਖ ਸੇਵਕ ਭਾਈ ਜੇਠਾ ਜੀ ਨੂੰ ਲਿਆ ਕੇ ਅੱਗੇ ਗੁਰਗੱਦੀ ਦੇ ਕੇ ਇਹਨਾਂ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਪਦਵੀ ਦੇ ਦਿੱਤੀ ਹੈ। ਹੁਣ ਜਦੋਂ ਭਾਈ ਮੋਹਨ ਜੀ, ਭਾਈ ਮੋਹਰੀ ਜੀ ਜਿਹੜੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪੁੱਤਰ ਨੇ, ਇਹਨਾਂ ਦੇ ਮਨ ਵਿੱਚ ਈਰਖਾ ਦਵੈਤ ਭਾਵਨਾ ਬਣ ਗਈ ਕਿ ਇਹ ਗੱਦੀ ਸਾਡੀ ਬਣਦੀ ਹੈ, ਸਾਡੇ ਪਿਤਾ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਹ ਗੱਦੀ ਸਾਨੂੰ ਦੇ ਦਿੰਦੇ ਤੇ ਸਾਡੀ ਬਣਦੀ ਸੀ, ਸਾਡਾ ਹੱਕ ਬਣਦਾ ਸੀ, ਇਹ ਸਾਡੇ ਸੇਵਾਦਾਰ ਬਾਹਰੋਂ ਆਏ ਨੇ, ਪਹਿਲਾਂ ਸਾਡੇ ਪਿਤਾ ਜੀ ਨੇ ਇਹਨਾਂ ਨੂੰ ਸਾਡੀ ਭੈਣ ਦਾ ਰਿਸ਼ਤਾ ਕਰ ਦਿੱਤਾ ਹੈ, ਹੁਣ ਗੁਰਗੱਦੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਵੀ ਦੇ ਦਿੱਤੀ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਮਨ ਦਾ ਜਦੋਂ ਵਿਚਾਰ ਬਣਿਆ ਵੀ ਮੇਰੇ ਪੁੱਤਰ ਭਾਈ ਮੋਹਨ ਜੀ, ਭਾਈ ਮੋਹਰੀ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਈਰਖਾ ਦਵੈਤ ਭਾਵਨਾ ਕਰਦੇ ਆ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਸ੍ਰੀ ਗੁਰੂ ਰਾਮਦਾਸ ਜੀ ਨੂੰ ਆਪਣੇ ਨੇੜੇ ਬਿਠਾ ਕੇ, ਕੋਲ ਬਿਠਾ ਕੇ ਪਿਆਰ ਦੇ ਨਾਲ ਆਪਣੇ ਜੀਵਨ ਦੀ ਕਥਾ ਸੁਣਾਈ ਹੈ। ਕਹਿਣ ਲੱਗੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਕਹਿਣ ਲੱਗੇ, ਮੇਰੇ ਪੁੱਤਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਦੋਂ ਮੈਂ ਖਡੂਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਸੇਵਾਵਾਂ ਕਰਨ ਗਿਆ ਸੀ, ਸੇਵਾਵਾਂ ਕਰਦਿਆਂ ਕਰਦਿਆਂ ਬੜਾ ਸਮਾਂ ਖੁਸ਼ੀਆਂ ਦਾ ਬਤੀਤ ਹੋਇਆ। ਜਦੋਂ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਗੁਰਗੱਦੀ ਦਿੱਤੀ ਹੈ ਨਾ, ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪੁੱਤਰ ਭਾਈ ਦਾਤੂ ਜੀ, ਭਾਈ ਦਾਸੂ ਜੀ ਸਾਡਾ ਬੜਾ ਵਿਰੋਧ ਕਰਦੇ ਰਹੇ, ਸ੍ਰੀ ਗੁਰੂ ਪਾਤਸ਼ਾਹ ਮਹਾਰਾਜ ਨੂੰ ਸਾਡਾ ਇਹ ਵਿਰੋਧ ਚੰਗਾ ਨਾ ਲੱਗਿਆ। ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਮੈਨੂੰ ਬੜੇ ਪਿਆਰ ਦੇ ਨਾਲ ਕੋਲ ਬਿਠਾ ਕੇ, ਸਤਿਕਾਰ ਦੇ ਕੇ, ਮਾਣ ਦੇ ਕੇ, ਨਾਲ ਗੁਰਸਿੱਖਾਂ ਨੂੰ ਦੇ ਕੇ, ਮਾਇਆ ਦੇ ਕੇ ਬੜੇ ਪਿਆਰ ਨਾਲ ਨਵਾਜਿਆ ਤੇ ਸਾਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਹ ਮੈਨੂੰ ਇਹਨਾਂ ਸਥਾਨਾਂ ਤੇ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਭੇਜ ਦਿੱਤਾ ਸੀ। ਇੱਥੇ ਆ ਕੇ ਫਿਰ ਅਸੀਂ ਪੁੱਤਰ ਜੀ ਸੇਵਾਵਾਂ ਕੀਤੀਆਂ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕੀਤਾ, ਬੰਦਗੀ ਕੀਤੀ, ਸੇਵਾਵਾਂ ਬੌਲੀ ਸਾਹਿਬ ਦੀਆਂ ਸੇਵਾਵਾਂ
ਚਲੀਆਂ ਬੜਾ ਮਹਾਨ ਕੁੰਭ ਤੀਰਥ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਤਿਆਰ ਹੋਇਆ ਹੈ। ਹੁਣ ਸਾਡੀ ਖਾਹਿਸ਼ ਇਹ ਆ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਡਏ ਨੇ ਆਪਣੇ ਮਹਿਮਾਨ ਜਵਾਈ ਸ੍ਰੀ ਗੁਰੂ ਰਾਮਦਾਸ ਜੀ ਨੂੰ, ਪੁੱਤਰ ਜੀ ਮੇਰੀ ਇਹ ਖਾਹਿਸ਼ ਹੈ, ਤੁਸੀਂ ਜਾ ਕੇ ਨਵਾਂ ਕੋਈ ਮਹਾਨ ਕੁੰਭ ਤੀਰਥ ਤਿਆਰ ਕਰ ਦਿਓ ਤਾਂ ਕਿ ਗਰੀਬ ਲੋਕਾਂ ਦਾ ਰਹਿਣ ਬਸੇਰਾ ਉੱਥੇ ਬਣ ਜਾਵੇ, ਗਰੀਬਾਂ ਦੇ ਘਰ ਬਣ ਜਾਣ, ਤੇ ਤੁਸੀਂ ਜਾ ਕੇ ਨਵਾਂ ਮਹਾਨ ਕੁੰਭ ਤੀਰਥ ਤਿਆਰ ਕਰਨਾ, ਜਿਹੜੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਮਰਜ਼ਾਦਾ ਚੱਲਦੀ ਆਉਂਦੀ ਹੈ, ਆਪਾਂ ਇਸੇ ਤਰ੍ਹਾਂ ਇਸ ਮਰਜ਼ਾਦਾ ਨੂੰ ਅੱਗੇ ਤੋਰ ਲੈਣਾ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹੱਥ ਜੋੜ ਕੇ ਬੜੇ ਪਿਆਰ ਦੇ ਨਾਲ ਕਹਿਣ ਲੱਗੇ, ਪਿਤਾ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਮੈਨੂੰ ਕੋਈ ਸਮਝ ਨਹੀਂ, ਕੋਈ ਮਤ ਨਹੀਂ, ਮੈਂ ਜਾ ਕੇ ਕਿੱਥੇ ਮਹਾਨ ਕੁੰਭ ਤੀਰਥ ਤਿਆਰ ਕਰ ਲਵਾਂ, ਜ਼ਮੀਨ ਲਵਾਂ, ਘਰ ਬਣਾਵਾਂ, ਮੈਨੂੰ ਨਹੀਂ ਪਤਾ ਲੱਗਦਾ। ਮੈਂ ਤੇ ਆਪ ਜੀ ਦੇ ਕਹੇ ਅਨੁਸਾਰ, ਦੱਸੇ ਅਨੁਸਾਰ ਜਿੱਥੇ ਕਹੋਗੇ ਜਾ ਕੇ ਉੱਥੇ ਖੜ ਸਕਦਾ, ਸੇਵਾਵਾਂ ਕਰ ਸਕਦਾ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਘੁੱਟ ਕੇ ਗਲ ਪਕੜੀ ਪਾ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨਾਲ ਪਿਆਰ ਕੀਤਾ, ਮਾਣ ਕੀਤਾ ਤੇ ਬੜੇ ਵਿਸਥਾਰ ਦੇ ਨਾਲ ਇੱਥੇ ਤਿੰਨਾਂ ਪਿੰਡਾਂ ਦਾ ਨਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਲਿਆਏ। ਕਹਿਣ ਲੱਗੇ, ਪੁੱਤਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਦੋਂ ਤੁਸੀਂ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਚੱਲੋਗੇ, ਪਹਿਲ ਦੇ ਆਧਾਰ ਤੇ ਗਿੱਲ ਵਾਲੀ, ਗਿੱਲਾਂ ਦਾ ਪਿੰਡ ਲਿਖਿਆ ਹੈ ਅੱਜ ਜਿਹਨੂੰ ਗੁਰੂ ਵਾਲੀ ਕਹਿ ਕੇ ਬੁਲਾਇਆ ਜਾਂਦਾ, ਗਿੱਲਵਾਲੀ ਤੋਂ ਅੱਗੇ ਜਾਣਾ ਹੈ ਤੇ ਇਧਰਲੇ ਬਨੇ ਸੁਲਤਾਨਵਿੰਡ ਪਿੰਡ ਦਾ ਦੱਸਿਆ ਹੈ, ਪੀਕੋ ਸੁਲਤਾਨਵਿੰਡ ਪਿੰਡ ਤੋਂ ਲਹਿੰਦੇ ਵਾਲੇ ਪਾਸੇ ਜਾ ਕੇ ਆਪਣੇ ਚਰਨ ਪਾਉਣੇ ਨੇ ਤੇ ਨਾਲ ਪਿੰਡ ਤੁੰਗ ਦੱਸਿਆ ਹੈ। ਇਹ ਤਿੰਨੇ ਪਿੰਡਾਂ ਦੀ ਨਿਸ਼ਾਨੀ ਦੇ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਬੜੇ ਪਿਆਰ ਦੇ ਨਾਲ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਪਿਆਰ ਵਾਲੇ ਗੁਰਸਿੱਖ ਨਾਲ ਬਾਬਾ ਬੁੱਢਾ ਸਾਹਿਬ ਜੀ ਤੇ ਇੱਕ ਘੋੜੀ ਦੇ ਕੇ ਬੜੇ ਪਿਆਰ ਵਾਲੀ ਮਾਇਆ ਦੇ ਕੇ ਨਵਾਜਿਆ ਏ, ਗਲਵੱਕੜੀ ਪਾ ਕੇ ਸਿਰ ਤੇ ਹੱਥ ਧਰ ਕੇ ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਪਿਆਰ ਦੇ ਨਾਲ ਤੋਰ ਦਿੱਤਾ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ, ਜਿਵੇਂ ਜਿਵੇਂ ਪਿਤਾ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਪਿਆਰ ਦੇ ਨਾਲ ਦੱਸਿਆ ਸੀ, ਇਸੇ ਤਰ੍ਹਾਂ ਜਦੋਂ ਗਿੱਲਵਾਲੀ ਪਿੰਡ ਅੱਗੇ ਲੰਘ ਕੇ ਸੁਲਤਾਨਵਿੰਡ ਪਿੰਡ ਤੋਂ ਲਹਿੰਦੇ ਪਾਸੇ ਨੂੰ ਬੜੇ ਗੌਹ ਦੇ ਨਾਲ ਤੁੰਗ ਪਿੰਡ ਦੇ ਨਾਲ ਸਾਰਾ ਲਾ ਕੇ ਰਲਵਾ ਮਿਲਵਾ ਹਿਸਾਬ ਕਿਤਾਬ ਇਧਰਲੇ ਬੰਨੇ ਜਿੱਥੇ ਕਤਵਾਲੀ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ, ਇੱਥੇ ਟਾਹਲੀ ਹੈ ਤੇ ਟਾਹਲੀ ਦੇ ਨਾਲ ਇੱਥੇ ਦੱਸਿਆ ਸੀ ਵੀ ਇਸ ਟਾਹਲੀ ਤੋਂ ਲੈ ਕੇ ਇੱਧਰ ਬੇਰੀਆਂ ਦਾ ਝੁੰਡ ਜਿੱਥੇ ਅੱਜ ਦੁੱਖ ਭੰਜਨ ਸਾਹਿਬ ਬੇਰੀ ਹੈ ਨਾ, ਇਹਨਾਂ ਸਥਾਨਾਂ ਦਾ ਸਾਰਾ ਵੇਰਵਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਬੜੇ ਪਿਆਰ ਦੇ ਨਾਲ ਆਪਣੇ ਮਹਿਮਾਨ ਜਵਾਈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇ ਕੇ, ਗੁਰਸਿੱਖਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਸ਼ੁਮਾਰ ਮਾਇਆ ਦੇ ਕੇ ਭੇਜਿਆ ਹੈ। ਇਹਨਾਂ ਨੇ ਸਾਰੀ ਇਸ ਧਰਤੀ ਦੀਆਂ ਪਰਿਕਰਮਾ ਕੀਤੀਆਂ, ਪਰਿਕਰਮਾ ਕਰਦਿਆਂ ਕਰਦਿਆਂ ਐਸਾ ਹਿਸਾਬ ਕਿਤਾਬ ਲਾ ਕੇ ਜਿੱਥੇ ਅੱਜ ਦੁੱਖ ਭੰਜਨ ਸਾਹਿਬ ਬੇਰੀ ਹੈ, ਇੱਥੇ ਜਾ ਕੇ ਇੱਕ ਮੋੜਾ ਗੱਡਿਆ ਹੈ ਤੇ ਮੋੜਾ ਗੱਡ ਕੇ ਉਹ ਧਰਤੀ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਚਰਨ ਪਾ ਕੇ ਉਹਨੂੰ ਮਹਾਨ ਕੁੰਭ ਤੀਰਥ ਦਾ ਖਿਤਾਬ ਦਿੱਤਾ ਹੈ। ਇਹ ਹੋਰ ਸੇਵਾਵਾਂ ਚੱਲਦੀਆਂ ਰਹੀਆਂ, ਸੇਵਾਵਾਂ ਕਰਦਿਆਂ ਕਰਦਿਆਂ ਦੂਰਾਂ ਦੁਰਾਡਿਆਂ ਤੋਂ ਸੰਗਤਾਂ ਆਈਆਂ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਦੀਆਂ ਨੇ।
ਭੇਟਾਵਾਂ ਬੇਸ਼ੁਮਾਰ ਆਉਂਦੀਆਂ ਰਹੀਆਂ। ਇਹ ਸਾਰਾ ਇਤਿਹਾਸ ਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੇ ਪਿਆਰ ਦੇ ਨਾਲ ਦਰਜ ਕੀਤਾ ਹੈ। ਸੰਗਤਾਂ ਦੂਰਾਂ ਦੁਰਾਡਿਆਂ ਤੋਂ ਆਈਆਂ, ਮਾਇਆ ਲੈ ਕੇ ਆਈਆਂ, ਸੇਵਾਵਾਂ ਕਰਨ ਆਏ ਬੜੇ ਪਿਆਰ ਦੇ ਨਾਲ। ਕੁਝ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਹ ਧਰਤੀ ਤੇ ਮਜ਼ਦੂਰ ਲਾ ਕੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ। ਸੰਤੋਖ ਸਰਸਾ ਵਾਲੀ ਥਾਂ ਜਿੱਥੇ ਟਾਹਲੀ ਸਾਹਿਬ ਗੁਰਦੁਆਰਾ ਸਾਹਿਬ ਹੈ, ਇੱਥੋਂ ਦਾ ਵੀ ਸਰੋਵਰ ਤਿਆਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਕਰਾਇਆ ਹੈ। ਇੱਥੇ ਇੱਕ ਗੱਲ ਯਾਦ ਰੱਖਣ ਵਾਲੀ ਹੈ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੇਵਾਵਾਂ ਸ਼ੁਰੂ ਕਰਨ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ ਗਈਆਂ। ਖੁੱਲਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਗਿਆ ਹੈ, ਮਠਿਆਈਆਂ ਬੜੀਆਂ ਬੇਸ਼ੁਮਾਰ ਲਿਆਂਦੀਆਂ ਗਈਆਂ। ਅਰਦਾਸ ਬੇਨਤੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਕਰਕੇ ਵਾਰ ਵਾਰ ਬੇਨਤੀਆਂ, ਤੇ ਉੱਥੇ ਟੱਪ ਲਾਇਆ ਗਿਆ ਹੈ। ਪਹਿਲਾ ਟੱਪ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਤੇ ਜਿਹੜਾ ਸਰੋਵਰ ਸਾਹਿਬ ਹੈ, ਇਹਨੂੰ ਟੱਪ ਪਹਿਲਾਂ ਲਾ ਕੇ ਬਾਬਾ ਬੁੱਢਾ ਸਾਹਿਬ ਜੀ ਤੋਂ ਕਹੀ ਲੈ ਕੇ ਬਾਲਟਾ ਲੈ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਸਾਰੀਆਂ ਸੇਵਾਵਾਂ ਸ਼ੁਰੂ ਕੀਤੀਆਂ। ਪਹਿਲ ਦੇ ਆਧਾਰ ਤੇ ਆਪ ਬਾਲਟਾ ਭਰਿਆ ਹੈ ਤੇ ਆਪਣੇ ਸਿਰ ਤੇ ਆਪ ਚੁੱਕਿਆ ਹੈ। ਸੇਵਾਵਾਂ ਕਰਦਿਆਂ ਕਰਦਿਆਂ ਸੰਗਤਾਂ ਦੂਰਾਂ ਦਰਾਡਿਆਂ ਤੋਂ ਆਈਆਂ, ਬੜਾ ਪਿਆਰ ਮਾਣ ਸਤਿਕਾਰ ਬਣ ਗਿਆ ਤੇ ਜਿੱਥੇ ਅੱਜ ਗੁਰੂ ਕੇ ਮਹਿਲ ਨੇ, ਜਦੋਂ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਂਦੇ ਹੋ, ਉਦੋਂ 5-6 ਮਿੰਟ ਦਾ ਸਮਾਂ ਲੱਗਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗੁਰੂ ਕੇ ਮਹਿਲਾਂ ਦਾ ਜਿਹੜਾ ਸਥਾਨ ਹੈ ਉਹ ਬੜੇ ਆਨੰਦ ਵਾਲਾ, ਤੇ ਉੱਥੇ ਵੀ ਜਾ ਕੇ ਆਇਆ ਕਰੋ। ਹਰਿਮੰਦਰ ਸਾਹਿਬ ਦੀ ਧਰਤੀ ਤੇ ਤੁਸੀਂ ਜਾਂਦੇ ਹੋ ਤੇ ਗੁਰੂ ਕੇ ਮਹਿਲਾਂ ਵਿੱਚ ਘੱਟ ਜਾਂਦੇ ਹੋ। ਇਹ ਗੁਰੂ ਕੇ ਮਹਿਲ ਜਿਹੜੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਉਹਨਾਂ ਘਰ ਮਕਾਨਾਂ ਨੂੰ ਤਿਆਰ ਕੀਤਾ ਹੈ, ਲਾਗੇ ਹੋਰ ਵੀ ਮਕਾਨ ਤਿਆਰ ਕਰਾਏ, ਗਰੀਬ ਲੋਕਾਂ ਨੂੰ ਉੱਥੇ ਰਹਿਣ ਬਸੇਰਾ ਦਿੱਤਾ ਹੈ। ਦੁਕਾਨਦਾਰ ਆਏ, ਆਹ ਲੁਹਾਰ, ਕਹੀਆਂ ਵਾਲਾ ਬਾਜ਼ਾਰ, ਸੁਨਿਆਰਿਆਂ ਵਾਲਾ ਬਾਜ਼ਾਰ, ਚੂੜੇ ਵਾਲਾ ਬਾਜ਼ਾਰ, ਮਿਸ਼ਰੀ ਵਾਲਾ ਬਾਜ਼ਾਰ, ਭਾਂਡਿਆਂ ਵਾਲਾ ਬਾਜ਼ਾਰ, ਕੁਰਿਆਨੇ ਵਾਲਾ ਬਾਜ਼ਾਰ, ਭਾਵ ਸਾਰੀ ਦੁਨੀਆਦਾਰੀ ਦੇ ਕਾਰੀਗਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲਿਆ ਕੇ ਵਸਾ ਦਿੱਤੇ। ਕੋਲੋਂ ਖਰਚਾ ਕਰ ਕਰਕੇ ਪਿਆਰ ਦੇ ਨਾਲ ਉਹਨਾਂ ਨੂੰ ਆਖਿਆ, ਭਾਈ ਜਦੋਂ ਤੁਹਾਨੂੰ ਕੋਈ ਕਮਾਈ ਬਣੇ ਤੁਹਾਡੇ ਕਾਰੋਬਾਰ ਦੀ, ਇਹਦਾ ਦਸਵੰਧ ਤੁਸੀਂ ਗੁਰੂ ਦੀਆਂ ਗੋਲਕਾਂ ਵਿੱਚ ਪਾਈ ਜਾਣਾ ਹੈ ਤੇ ਆਪਣਾ ਰਹਿਣ ਬਸੇਰਾ ਤੁਹਾਨੂੰ ਅਸੀਂ ਘਰ ਬਾਰ ਬਣਾ ਕੇ ਦਿੱਤੇ ਨੇ, ਸਾਡੇ ਐਸ ਨਗਰ ਵਿੱਚ ਆ ਕੇ ਆਪਣਾ ਰਹਿਣ ਬਸੇਰਾ ਕਰੋ। ਸੰਗਤਾਂ ਨੇ ਆਪਣਾ ਰਹਿਣ ਬਸੇਰਾ ਕੀਤਾ, ਕਾਰੀਗਰਾਂ ਨੇ ਆਪਣੇ ਕਾਰੀਗਾਰੀ ਕਰ ਕਰਕੇ ਉਹ ਸ਼ਹਿਰ ਵਿੱਚ ਮਿਹਨਤਾਂ ਕਰ ਕਰਕੇ ਤਰੱਕੀਆਂ ਕੀਤੀਆਂ ਨੇ, ਤਰੱਕੀਆਂ ਕਰਾਈਆਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀਆਂ। ਤੇ ਮਗਰ ਯਾਦ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਬੜੀ ਆਇਆ ਕਰਦੀ ਸੀ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਮਨ ਦਾ ਵਿਚਾਰ ਆਇਆ, ਸਰੀਰ ਨਿਰਬਲ ਹੋ ਗਿਆ ਹੈ, ਸਾਡੇ ਮਹਿਮਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਡੇ ਕੋਲ ਆ ਜਾਣ, ਇਹਨਾਂ ਨੂੰ ਬੜੇ ਪਿਆਰ ਦੇ ਨਾਲ ਆਪਾਂ ਹੋਰ ਸੇਵਾਵਾਂ ਜ਼ਿੰਮੇਵਾਰੀਆਂ ਸੌਂਪ ਦੇਣੀਆਂ ਨੇ। ਆਹ ਜਦੋਂ ਆਪਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾਂਦੇ ਹਾਂ ਨਾ, ਬੌਲੀ ਸਾਹਿਬ ਦੇ ਇਸ਼ਨਾਨ ਕਰਦੇ ਹਾਂ, ਦਰਬਾਰ ਸਾਹਿਬ ਦੇ ਅੰਦਰ ਜਾ ਕੇ ਨਮਸਕਾਰਾਂ ਕਰਦੇ ਹਾਂ, ਇਧਰੋਂ ਖੱਬੇ ਬੰਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਆਪਣਾ ਘਰ ਸੀ ਜਿੱਥੇ ਰਹਿਣ ਬਸੇਰਾ ਸੀ, ਅੱਜ ਚੁਬਾਰਾ ਸਾਹਿਬ ਕਹਿ ਕੇ ਬੁਲਾਇਆ ਜਾਂਦਾ ਹੈ।
ਬਹੁਤ ਸੰਗਤਾਂ ਚੁਬਾਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਬੜਾ ਜ਼ਿੰਦਗੀ ਦਾ ਆਨੰਦ ਮਾਣ ਲੈਂਦੀਆਂ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਸੇਵਾਦਾਰ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਭੇਜ ਕੇ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਪਿਆਰ ਦੇ ਨਾਲ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੁਲਾਇਆ ਹੈ। ਸੇਵਾਵਾਂ ਚੱਲਦੀਆਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਉਹ ਸੇਵਾਦਾਰ ਜਾ ਕੇ ਕਹਿਣ ਲੱਗੇ, ਸੇਵਾਦਾਰ ਜੀ ਨੇ ਪਿਆਰ ਦੇ ਨਾਲ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਬੜੇ ਪਿਆਰ ਸਹਿਤ ਯਾਦ ਕਰਦੇ ਨੇ। ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਸਿੱਖਾਂ ਨੂੰ ਸੇਵਾਵਾਂ ਵਿੱਚ ਲਾ ਕੇ ਬੜੇ ਪਿਆਰ ਦੇ ਨਾਲ ਆਪ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਆ ਕੇ ਚਰਨ ਪਾ ਦਿੱਤੇ। ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਕੇ ਚਰਨ ਪਾਏ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੜਾ ਚਾਅ ਚੜਿਆ, ਮਨ ਵਿਰਾਗ ਵਿੱਚ ਆਇਆ। ਘੁੱਟ ਕੇ ਗਲਵਕੜੀ ਪਾ ਕੇ ਸਿਰ ਤੇ ਹੱਥ ਟਿਕਾ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਨਾਲ ਦੀ ਨਾਲ ਕਹਿਣ ਲੱਗੇ, ਸ੍ਰੀ ਗੁਰੂ ਰਾਮਦਾਸ ਜੀ ਸਾਡਾ ਸਰੀਰ ਨਿਰਬਲ ਹੋ ਗਿਆ ਹੈ, ਸਾਰੀਆਂ ਰਹਿੰਦੀਆਂ ਜ਼ਿੰਮੇਵਾਰੀਆਂ ਸੇਵਾਵਾਂ ਅਸੀਂ ਤੁਹਾਨੂੰ ਸੌਂਪ ਦਿੱਤੀਆਂ ਨੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੜੇ ਪਿਆਰ ਦੇ ਨਾਲ ਸੇਵਾਵਾਂ ਕਰਦੇ ਰਹੇ, ਮਾਣ ਸਨਮਾਨ ਕਰਨਾ ਸੰਗਤਾਂ ਦੂਰਾਂ ਦੁਰਾਡਿਆਂ ਤੋਂ ਆਉਣੀਆਂ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਬੜਾ ਖੁਸ਼ ਹੋਣਾ ਪਿਆਰ ਦੇ ਨਾਲ, ਇੱਥੇ ਭਾਵੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪੁੱਤਰ ਵਿੱਚੇ ਵਿੱਚ ਈਰਖਾ ਦਵੈਤ ਭਾਵਨਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨਾਲ ਕਰਦੇ ਰਹੇ। ਬੀਬੀ ਭਾਨੀ ਜੀ ਬੜੇ ਪਿਆਰ ਦੇ ਨਾਲ ਲੰਗਰ ਪਾਣੀ ਬਣਾਉਣਾ, ਪਕਾਉਣਾ, ਛਕਾਉਣਾ, ਸੇਵਾਵਾਂ ਵਿੱਚ ਲੱਗੇ ਰਹਿਣਾ, ਬੀਬੀ ਭਾਨੀ ਜੀ ਦੇ ਮਨ ਨੂੰ ਬੜਾ ਚਾਅ ਚੜਿਆ ਰਹਿੰਦਾ ਸੀ ਭਈ ਮੇਰੇ ਪਿਤਾ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਸਾਡੀ ਗਰੀਬਾਂ ਦੀ ਭਾਵਨਾ ਮੰਨ ਕੇ ਜਿਹੜਾ ਹੁਕਮ ਕੀਤਾ ਏ, ਇਹ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਗੁਰਗੱਦੀ ਹੈ, ਇਹ ਸੋਢੀਆਂ ਦੀ ਕੁੱਲ ਵਿੱਚ ਹੁਣ ਰਹਿਣੀ ਹੈ। ਬੀਬੀ ਭਾਨੀ ਜੀ ਦੇ ਮਨ ਨੂੰ ਚਾਅ ਬੜਾ ਰਿਹਾ ਹੈ ਸੇਵਾਵਾਂ ਕਰਨ ਦਾ, ਸਿਮਰਨ ਕਰਨ ਦਾ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਰਾਤ ਦਿਨ ਜਦੋਂ ਸੇਵਾਵਾਂ ਕਰਦੇ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਆਪਣਾ ਸਰੀਰ ਨਿਰਬਲ ਜਾਣ ਕੇ, ਆਪਣਾ ਸਮਾਂ ਆਇਆ ਜਾਣ ਕੇ ਬੜੇ ਪਿਆਰ ਦੇ ਨਾਲ ਸਾਰੀ ਜ਼ਿੰਮੇਵਾਰੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਸੌਂਪ ਦਿੱਤੀ ਹੈ। ਆਪ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣਾ ਸਰੀਰ ਤਿਆਗ ਕੇ ਆਪ ਸੱਚਖੰਡ ਨੂੰ ਤਿਆਰੀ ਕੀਤੀ ਹੈ। ਜਦੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਪਿਆਰ ਦੇ ਕੇ, ਮਾਣ ਦੇ ਕੇ, ਆਪ ਇਸ਼ਨਾਨ ਕਰਕੇ, ਬਾਣੀ ਪੜ੍ਹ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਸੱਚਖੰਡ ਪਹੁੰਚ ਗਏ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਸਾਰਾ ਕਿਰਿਆ ਕਰਮ ਕਰਕੇ ਬੜੇ ਬੰਦਗੀ ਦੇ ਨਾਲ, ਸੇਵਾ ਸਿਮਰ ਦੇ ਨਾਲ, ਇਹਨਾਂ ਦੇ ਅੰਤਮ ਸਮੇਂ ਦਾ ਉੱਥੇ ਭੋਗ ਪਾ ਕੇ, ਅਰਦਾਸਾਂ ਬੇਨਤੀਆਂ ਕਰਕੇ, ਉਸ ਵੇਲੇ ਦੀ ਮਰਜ਼ਾਦਾ ਅਨੁਸਾਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਫੇਰ ਆਏ। ਇੱਥੇ ਵਿਦਵਾਨਾਂ ਨੇ ਬੜੇ ਪਿਆਰ ਦੇ ਨਾਲ ਲਿਖਿਆ ਵੀ ਇਹ ਤਿੰਨਾਂ ਪੁੱਤਰਾਂ ਦਾ, ਜਿਹੜਾ ਭਾਈ ਪਿਰਥੀ ਚੰਦ ਜੀ ਦਾ, ਭਾਈ ਮਹਾਂਦੇਵ ਜੀ ਦਾ ਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਜਨਮ ਸਥਾਨ ਕਹਿ ਲਵਾਂ,
ਇਹ ਸਾਰਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹੁਣ ਇੱਧਰ ਸੇਵਾਵਾਂ ਕਰਦਿਆਂ ਕਰਦਿਆਂ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਪੁੱਤਰ ਭਾਈ ਪ੍ਰਿਥੀ ਚੰਦ, ਇਹ ਬੜੀ ਦੇਖ ਰੇਖ ਆਈਆਂ ਸੰਗਤਾਂ ਦੀ ਕਰਿਆ ਕਰਦੇ ਸੀ। ਸੰਗਤਾਂ ਦਾ ਬੜਾ ਇਹਨਾਂ ਨੇ ਮਾਣ ਸਤਿਕਾਰ ਕਰਨਾ, ਸੰਗਤਾਂ ਭਾਈ ਪ੍ਰਿਥੀ ਚੰਦ ਜੀ ਦਾ ਬੜਾ ਮਾਣ ਸਤਿਕਾਰ ਕਰਿਆ ਕਰਦੀਆਂ ਸੀ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਆਖਿਰਕਾਰ ਆਪਣੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਆਪਣੀ ਦਇਆ ਦ੍ਰਿਸ਼ਟੀ ਟਿਕਾਈ ਸੀ ਵੀ ਜਿਹੜੀ ਦੁਨੀਆਦਾਰੀ ਦੀ ਗੱਲ ਹੈ ਇਹ ਭਾਈ ਪ੍ਰਿਥੀ ਚੰਦ ਕਰ ਸਕਦੇ ਨੇ, ਜਿਹੜੀ ਗੁਰੂ ਨਾਨਕ ਦੇ ਘਰ ਦੀ ਗੁਰਗੱਦੀ ਹੈ, ਗੁਰੂ ਨਾਨਕ ਦੇ ਘਰ ਦੀ ਸੰਗਤ ਨਾਲ ਪਿਆਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਹੀ ਕਰ ਸਕਦੇ ਨੇ। ਇੱਥੇ ਵਿਦਵਾਨਾਂ ਨੇ ਬੜੇ ਪਿਆਰ ਦੇ ਨਾਲ ਇਤਿਹਾਸ ਲਿਖਿਆ ਹੈ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜਦੋਂ ਬਚਪਨਾ ਸੀ ਨਾ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਪਣੇ ਨਾਨਾ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਲੰਘੇ ਨੂੰ ਹੱਥ ਪਾ ਕੇ ਤੇ ਭੱਜ ਕੇ ਉੱਪਰ ਚੜ੍ਹ ਜਾਇਆ ਕਰਦੇ ਸੀ। ਬੀਬੀ ਭਾਨੀ ਜੀ ਨੇ ਆ ਕੇ ਭੱਜ ਕੇ ਇਹ ਇਲਾਕਾ ਗੋਇੰਦਵਾਲ ਸਾਹਿਬ ਦਾ ਮੰਡ ਦਾ ਇਲਾਕਾ, ਰੇਤ ਦਾ ਇਲਾਕਾ ਹੈ, ਰੇਤ ਦੇ ਲੱਗੀ ਹੋਈ ਰੇਤ ਕੱਪੜਿਆਂ ਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੋਈ ਪਰਵਾਹ ਨਹੀਂ ਸੀ ਕਰਦੇ, ਆਪਣੇ ਦੋਤਰੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗਲ ਵਕੜੀ ਪਾ ਕੇ ਛਾਤੀ ਨਾਲ ਲਾ ਕੇ ਦੋਹਿਤਾ ਗੁਰੂ ਕਾ ਬੋਹਿਤਾ ਦਾ ਇਹ ਖਿਤਾਬ ਕਈ ਵਾਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਿਆ ਕਰਦੇ ਸੀ। ਇਹ ਜਿਹੜੀਆਂ ਗੁਰਬਾਣੀ ਦੀਆਂ ਸੇਵਾ ਤੇ ਸਿਮਰਨ ਦੀਆਂ, ਇਹ ਪਿੱਛੋਂ ਧੁਰ ਤੋਂ ਹੀ ਪਰਮੇਸ਼ਰ ਨੇ ਬਖਸ਼ਿਆ, ਜਿਹਨੂੰ ਕੀਤੀਆਂ ਨੇ ਜ਼ਿੰਦਗੀ ਦਾ ਆਨੰਦ ਉਹਦਾ ਬੜਾ ਜ਼ਿਆਦਾ ਬਣਨਾ, ਜਿਹਨੂੰ ਪਰਮੇਸ਼ਰ ਨੇ ਬਖਸ਼ਿਆ ਧੁਰ ਤੋਂ ਹੀ ਕਰ ਦਿੱਤੀਆਂ ਨੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਿਆਰ ਕਰਦੇ ਸੀ ਬੜਾ ਜ਼ਿਆਦਾ ਆਪਣੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ। ਇਹਨਾਂ ਦਾ ਵੱਡਾ ਪੁੱਤਰ ਭਾਈ ਪ੍ਰਿਥੀ ਚੰਦ ਜੀ ਥੋੜੀ ਥੋੜੀ ਈਰਖਾ ਆਪਣੇ ਪਿਤਾ ਜੀ ਦੇ ਨਾਲ ਵੀ ਕਰਦਾ ਰਿਹਾ। ਸਮਾਂ ਲੰਘਦਾ ਗਿਆ ਲੰਘਦਾ ਗਿਆ। ਭਾਈ ਪ੍ਰਿਥੀ ਚੰਦ ਦਾ ਇੱਥੇ ਲਿਖਿਆ ਹੈ ਵਿਦਵਾਨਾਂ ਨੇ, ਲਾਲਚ ਜਿਹੜਾ ਜ਼ਿਆਦਾ ਵੱਧਦਾ ਗਿਆ। ਇਹਦੀ ਧਰਮ ਪਤਨੀ ਭਾਈ ਪ੍ਰਿਥੀ ਚੰਦ ਦੀ ਜਿਹੜੀ ਹੈ ਬੀਬੀ ਕਰਮੋ, ਉਹ ਵੀ ਬੜਾ ਲਾਲਚ ਕਰਿਆ ਕਰਦੀ ਸੀ। ਸੰਗਤਾਂ ਦੂਰਾਂ ਦੁਰਾਡਿਆਂ ਤੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਣੀਆਂ, ਇਸ ਬੀਬੀ ਕਰਮੋ ਨੇ ਭੇਟਾਵਾਂ ਚੁੱਕ ਕੇ ਲੈ ਜਾਣੀਆਂ। ਭਾਈ ਪ੍ਰਿਥੀ ਚੰਦ ਨੇ ਲੰਗਰ ਪਾਣੀ ਛਕਣ ਦਾ ਇਸ਼ਾਰਾ ਆਪਣੇ ਭਰਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰਾਂ ਵੱਲ ਇਸ਼ਾਰਾ ਕਰ ਦੇਣਾ ਤੇ ਹੱਥੀ ਕਰਨਾ ਕੁਝ ਇਹਨਾਂ ਦੇ ਸੰਗਤਾਂ ਨਾਲ, ਆਓ ਭਾਗ ਕਰਕੇ ਤੇ ਭੇਟਾਵਾਂ ਚੁੱਕਣ ਵੱਲ ਖਿਆਲ ਰੱਖਿਆ ਕਰਦੇ ਸੀ। ਭਾਈ ਪ੍ਰਿਥੀ ਚੰਦ ਜੀ ਦਾ ਲਾਲਚ ਦਿਨੋਂ ਦਿਨ ਵੱਧਦਾ ਗਿਆ। ਉਹ ਭਾਈ ਪ੍ਰਿਥੀ ਚੰਦ ਜਾਣਦੇ ਸੀ ਵੀ ਆਹ ਜਿਹੜੀ ਗੁਰ ਗੱਦੀ ਹੈ ਗੁਰੂ ਨਾਨਕ ਦੇ ਘਰ ਦੀ, ਇਹ ਮੇਰੇ ਕੋਲੋਂ ਲਾਂਭੇ ਜਾਂਦੀ ਹੈ ਤੇ ਲਾਂਭੇ ਕਿੱਧਰ ਜਾਂਦੀ ਹੈ? ਸਕੇ ਭਰਾ ਭਾਈ ਪ੍ਰਿਥੀ ਚੰਦ ਦੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਾਣੀ ਸੀ ਤੇ ਇਹ ਭਾਈ ਪ੍ਰਿਥੀ ਚੰਦ ਈਰਖਾ ਦਵੈਤ ਭਾਵਨਾ ਕਰਦਾ ਕਰਦਾ ਆਪਣੇ ਪਿਤਾ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਵੀ ਬੁਰੇ ਬੁਰੇ ਬੋਲ ਬੋਲਦਿਆਂ ਕਰਦਾ ਸੀ। ਇੱਥੋਂ ਅਗਲੀ ਲੜੀ ਚੱਲਾਵਾਂਗੇ ਆਪਾਂ ਫੇਰ ਕੱਲ ਨੂੰ। ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।